ਦੇਖ ਰਹੇ ਹੋ ਅਦਾਰਾ ਤਹਿਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehalkapunjab.tv। ਕੰਨ ਗੌਤਮ ਆਪ ਸਭੀ ਕਾ ਸਵਾਗਤ ਕਰਤਾ ਹੂੰ। ਆਪਨੇ ਲੌਗਇਨ ਕੀਆ ਹੈ ਵਨ ਇੰਡੀਆ ਯੂਟਿਊਬ ਚੈਨਲ। ਪੁਲਿਸ ਨੇ ਵੇਰਕਾ ਇਲਾਕੇ ਮੇ ਕਾਰ ਸਵਾਰ ਇੱਕ ਅਕਾਲੀ ਨੇਤਾ ਕੋ ਗੈਂਗਸਟਰ ਸਮਝ ਕਰ ਗੋਲੀ ਮਾਰ ਦੀ। ਪੁਲਿਸ ਕੋ ਕਾਰ ਮੇ ਗੈਂਗਸਟਰ ਜੱਗੂ ਕੇ ਹੋਨੇ ਕਾ ਸ਼ੱਕ ਥਾ। ਪੀਛਾ ਕਰਨੇ ਪਰ ਕਾਰ ਸਵਾਰ ਨੇ ਗੋਲੀ ਚਲਾ ਦੀ। ਜਵਾਬੀ ਕਾਰਵਾਈ ਮੇ ਉਸਕੀ ਮੌਤ ਹੋ ਗਈ। ਮ੍ਰਿਤਕ ਕੀ ਪਹਿਚਾਨ ਅਕਾਲੀ ਨੇਤਾ ਮੁਖਜੀਤ ਸਿੰਘ ਮੁੱਖਾ ਕੇ ਰੂਪ ਮੇ ਹੋਈ ਹੈ। ਘਟਨਾ ਕੇ ਬਾਅਦ ਅਕਾਲੀ ਦਲ ਕੇ ਕਾਰਯਕਰਤਾਓਂ ਨੇ ਪ੍ਰਦਰਸ਼ਨ ਕੀਆ ਹੈ। ਪੁਲਿਸ ਕਾ ਕਹਿਣਾ ਹੈ ਕਿ ਉਨ੍ਹੇ ਸੂਚਨਾ ਮਿਲੀ ਥੀ ਕਿ ਮੁੱਦਲ ਗਾਓਂ ਕੇ ਪਾਸ ਇੱਕ ਸਫੇਦ ਰੰਗ ਕੀ ਕਾਰ ਮੇ ਗੈਂਗਸਟਰ ਜੱਗੂ ਘੂਮ ਰਹਾ ਹੈ। ਪੁਲਿਸ ਟੀਮ ਨੇ ਉਸ ਕਾਰ ਕਾ ਪੀਛਾ ਕੀਆ। ਕਾਰ ਕੋ ਰੋਕਨੇ ਕੀ ਕੋਸ਼ਿਸ਼ ਕੀ ਗਈ ਲੇਕਿਨ ਮੁੱਖਾ ਕਾਰ ਭਗਾਨੇ ਲਗਾ। ਟੀਮ ਨੇ ਉਸੇ ਆਗੇ ਜਾ ਕਰ ਘੇਰ ਲਿਆ। ਇਸਕੇ ਬਾਅਦ ਉਸਨੇ ਆਪਣੇ ਪਿਸਤਲ ਸੇ ਫਾਇਰਿੰਗ ਸ਼ੁਰੂ ਕਰ ਦੀ। ਜਵਾਬੀ ਕਾਰਵਾਈ ਮੁੱਖਾ ਵੇਰਕਾ ਕੇ ਵਾਰਡ ਨੰਬਰ 16 ਸੇ ਅਕਾਲੀ ਦਲ ਕਾ ਪ੍ਰਧਾਨ ਥਾ। ਪਰਿਜਨੋ ਨੇ ਪੁਲਿਸ ਪਰ ਸਾਜਿਸ਼ ਕੇ ਤਹਿਤ ਮਾਰਨੇ ਕਾ ਆਰੋਪ ਲਗਾਤੇ ਹੋਏ ਜਾਂਚ ਕੀ ਮੰਗ ਕੀ ਹੈ। ਪਰਿਜਨੋ ਕੇ ਅਨੁਸਾਰ ਗਾਓਂ ਕੇ ਹਰਪਾਲ ਹਰਲਾਜ ਨਰਵੀਰ ਨੇ ਮੁੱਖਾ ਕਾ ਸਾਥ ਝਗੜਾ ਚੱਲ ਰਹਾ ਥਾ। 25 ਮਈ ਕੋ ਉਸਕੇ ਘਰ ਪਰ ਹਮਲਾ ਹੁਆ ਥਾ। ਉਸ ਸਮੇਂ ਵਹ ਘਰ ਪਰ ਮੌਜੂਦ ਨਹੀਂ ਥਾ, ਇਸੀਲੀਏ ਉਸਕੀ ਜਾਨ ਤੋ ਬਚ ਗਈ ਥੀ ਲੇਕਿਨ ਉਸਕੇ ਪੜੋਸੀ ਕੀ ਮੌਤ ਹੋ ਗਈ ਥੀ। ਇਸ ਘਟਨਾ ਕੇ ਬਾਅਦ ਮੁੱਖਾ ਹਥਿਆਰੋ ਸੇ ਲੈਸ ਰਹਿਤਾ ਥਾ। ਪੁਲਿਸ ਨੇ ਸਾਜਿਸ਼ ਕੇ ਤਹਿਤ ਉਸਕਾ ਪੀਛਾ ਕੀਆ, ਬਾਅਦ ਮੇ ਉਸੇ ਗੋਲੀ ਮਾਰ ਦੀ। ਫਿਲਹਾਲ ਗੈਂਗਸਟਰ ਕੇ ਬਦਲੇ ਇੱਕ ਨੇਤਾ ਕੀ ਮੌਤ ਹੋਈ ਹੈ। ਦੇਖਣਾ ਹੋਗਾ ਕਿ ਕਿਆ ਬਵਾਲ ਹੋਤਾ ਹੈ। ਵਨ ਇੰਡੀਆ ਪੋਡਕਾਸਟ ਮੇ ਫਿਲਹਾਲ ਇਤਨਾ ਹੀ। ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਪਾ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਅਦਾਰਾ ਤਹਿਲਕਾ ਪੰਜਾਬ ਅਤੇ ਪਬਲਿਕ ਪੁਲਿਸ ਮੋਨੀਟਰ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ, ਬਾਬਾ ਮਾਰਕੀਟ, ਸੈਕਿੰਡ ਫਲੋਰ, ਓਪੋਜਿਟ ਬੱਸ ਸਟੈਂਡ, ਜਲੰਧਰ।